ਤਰਨ ਤਾਰਨ ਦੇ ਗਾਂਧੀ ਪਾਰਕ ਦੀ ਹਾਲਤ ਖਸਤਾ ਹੋ ਗਈ ਹੈ। ਪਾਰਕ ਵਿੱਚ ਪਿਛਲੇ ਸਰਕਾਰ ਵੱਲੋਂ ਲਾਏ ਗਏ ਝੂਲੇ ਪਿੰਗਾਂ ਸਭ ਟੁੱਟ ਚੁੱਕੇ ਹਨ ਅਤੇ ਬੱਚੇ ਤਾਂ ਆਣਾ ਹੀ ਹਟ ਗਏ ਹਨ। ਪਿਛਲੀ ਸਰਕਾਰ ਦੇ ਲੱਖਾਂ ਰੁਪਏ ਦੇ ਕੀਤੇ ਘਪਲੇ ਵੀ ਸਾਹਮਣੇ ਆਉਣ ਦਾ ਆਰੋਪ ਲੱਗ ਰਿਹਾ ਹੈ। ਗਾਂਧੀ ਪਾਰਕ ਵਿੱਚ ਲੋਕਾਂ ਨੇ ਤਰਨ ਤਾਰਨ ਦੇ MLA ਡਾਕਟਰ ਧਰਮਵੀਰ ਅਗਨੀਹੋਤਰੀ ਤੋਂ ਮੰਗ ਕੀਤੀ ਹੈ ਕਿ ਗਾਂਧੀ ਪਾਰਕ ਵਿੱਚ ਨਵੇਂ ਝੂਲੇ ਲਾਏ ਜਾਣ। ਉੱਧਰ ਜਦ ਇਸ ਸੰਬੰਧੀ ਨਗਰ ਕੌਂਸਲ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ, ਉਹਨਾਂ ਕਿਹਾ ਕਿ ਨਵੇਂ ਝੂਲੇ ਆ ਗਏ ਹਨ ਅਤੇ ਜਿਮ ਦਾ ਸਮਾਨ ਵੀ ਆ ਗਿਆ ਹੈ, ਜਲਦੀ ਇਹ ਗਾਂਧੀ ਪਾਰਕ ਵਿੱਚ ਲਗਾ ਦਿੱਤੇ ਜਾਣਗੇ। ਪਹਿਲਾਂ ਤਾਂ ਬਹੁਤ ਸੋਹਣਾ ਸੀ ਜਦੋਂ ਨਵੇਂ ਬਣੇ ਸਾਰੇ ਝੂਲੇ ਨਵੇਂ ਸੀ, ਉਦੋਂ ਤਾਂ ਕਾਫੀ ਚੰਗੇ ਸੀ। ਹੁਣ ਬਹੁਤ ਹਾਲਤ ਇਹਨਾਂ ਦੀ ਮਾੜੀ ਆ, ਟੋਟੇ ਟੁੱਟ ਚੁੱਕੇ ਆ, ਪਿੰਗਾਂ ਟੁੱਟੀਆਂ ਵਾ। ਵੀ ਇਸ ਗਾਂਧੀ ਪਾਰਕ ਨੂੰ ਕੋਈ ਫਿਰ ਨਵਾਂ ਰੂਪ ਦਿੱਤਾ ਜਾਵੇ, ਇਹਦੇ ਵਿੱਚ ਕੋਈ ਵਧੀਆ ਸਹੂਲਤਾਂ ਹੋਰ ਵੱਧ ਪੈਦਾ ਕੀਤੀਆਂ ਜਾਣ, ਜਿਹੜੇ ਝੂਲੇ ਆ, ਇਹ ਜਿਹੜੇ ਪਿੰਗਾਂ ਵਾ, ਇਹਨਾਂ 'ਚ ਜਾਂ ਮੁਰੰਮਤ ਕੀਤੀ ਜਾਵੇ ਜਾਂ ਇਹ ਨਵੇਂ ਲਗਾਏ, ਜਿਹੜੇ ਟੁੱਟੇ ਟੁੱਟ ਚੁੱਕੇ ਆ, ਬੇਕਾਰ ਹੋ ਚੁੱਕੇ ਆ, ਉਹ ਨਵੇਂ ਲਗਾਏ ਜਾਣ, ਤਾਂ ਜੋ ਲੋਕਾਂ ਨੂੰ, ਇੱਥੋਂ ਦੇ ਆਲੇ ਦੁਆਲੇ ਦੇ ਲੋਕਾਂ ਨੂੰ, ਇੱਥੋਂ ਦੇ ਲੋਕਲ ਪਬਲਿਕ ਨੂੰ ਕੋਈ ਸਹੂਲਤ ਮਿਲੇ, ਕੋਈ ਇੱਥੇ ਆਰਾਮ ਆਵੇ, ਕੋਈ ਆਪਣੇ ਸ਼ਹਿਰ ਦੀ ਖੂਬਸੂਰਤੀ ਵਧੇ। ਬਹੁਤ ਖਰਾਬ ਹੈ ਜੀ, ਬੱਚੇ ਤਾਂ ਲੈਣ ਨੂੰ ਲੈ ਕੇ ਆਉਣ ਨੂੰ ਡਰ ਕਰਦਾ ਹੈ ਜੀ, ਬੱਚੇ ਨੂੰ ਸੱਟ ਲੱਗ ਜਾਵੇ। ਹੁਣ ਬੱਚਾ ਤਾਂ ਬੱਚਾ ਹੈ, ਸਾਰੇ ਝੂਲੇ ਟੁੱਟੇ ਹੈਗੇ, ਅਤੇ ਬੱਚੇ ਨੇ ਤਾਂ ਇੱਜ਼ਤ ਕਰਨੀ ਹੁੰਦੀ ਹੈ, ਅਤੇ ਜੇ ਡਿੱਗ ਜਾਏ ਤਾਂ ਸੱਟ ਲੱਗੇਗੀ। ਹਾਂਜੀ, ਅਸੀਂ ਸਰਕਾਰ ਤੋਂ ਇਹੋ ਹੀ ਮੰਗ ਕਰਨੀ ਚਾਹੁੰਦੇ ਜੀ, ਗਾਂਧੀ ਪਾਰਕ ਦੇ ਜਿੰਨੇ ਵੀ ਝੂਲੇ ਆ ਸਾਰੇ ਟੁੱਟੇ ਆ ਟੋਟਲੀ, ਇਹਨਾਂ ਨੂੰ ਨਵੇਂ ਬਦਲੇ ਜਾਣ। ਉਹਨਾਂ ਉਹ ਹੁਣ ਮਤਲਬ ਕੰਡਮ ਹੋ ਚੁੱਕੇ ਆ, ਉਹਨਾਂ ਨੂੰ ਉਤਾਰ ਕੇ ਅਤੇ ਨਵੇਂ ਝੂਲੇ ਆ ਗਏ ਆ, ਤਾਂ ਜਲਦੀ ਤੋਂ ਜਲਦੀ ਝੂਲੇ ਪੀਂਘਾਂ ਸਾਰਾ ਕੁਛ ਨਵਾਂ ਲਵਾ ਦਿੰਦੇ ਜਲਦੀ। ਦੇਖਾਂਗੇ ਜੀ, ਜੇ ਕੋਈ ਵੱਡੇ ਝੂਲਿਆਂ ਦੇ ਵੱਡੇ ਬੱਚਿਆਂ ਵਾਸਤੇ ਲਾਈਦੇ ਆ, ਜੇ ਕੋਈ ਵੱਡੇ ਉੱਥੇ ਝੂਟੇ ਲੈਂਦੇ ਆ, ਉਹਦੇ ਨਾਲ ਟੁੱਟਦੇ ਆ, ਉਹਨਾਂ ਨੂੰ ਮਨਾ ਕਰਾਂਗੇ, ਬੰਦਾ ਕੋਈ ਨਾ ਕੋਈ ਫਿਰ ਪਾਲੀ ਵਾਸਤੇ ਰੱਖਾਂਗੇ। ਤਰਨ ਤਾਰਨ ਤੋਂ ਜਾਗਰਤੀ ਲਹਿਰ ਦੇ ਲਈ ਵਿਜੇ ਕੁਮਾਰ ਦੀ ਰਿਪੋਰਟ।